ਦੋਸਤੋ ਪੰਜਾਬੀ ਸਿੰਗਰ ਅਫਸਾਨਾ ਖਾਨ ਜਿਸ ਦਾ ਕਿ ਸਿੱਧੂ ਮੂਸੇ ਵਾਲੇ ਨਾਲ ਧੱਕਾ ਸੌਂਗ ਆਇਆ ਸੀ ਤੇ ਜਿਹਨਾਂ ਦੀ ਪਿਛਲੇ ਕੁਝ ਦਿਨਾਂ ਤੋਂ ਇੱਕ ਸਕੂਲ ਵਾਲੀ ਵੀਡੀਓ ਬੜੀ ਵਾਇਰਲ ਹੋਈ ਸੀ ਤੇ ਜਿਸ ਕਰਕੇ ਉਹਨਾਂ ਨੂੰ ਕਾਫੀ ਲੋਕਾਂ ਵੱਲੋਂ ਨਿੰਦਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਤੁਸੀਂ ਬੱਚਿਆਂ ਨੂੰ ਵਿਗਾੜ ਰਹੇ ਹੋ ਤੇ ਤੁਹਾਨੂੰ ਉਹਨਾਂ ਸਾਹਮਣੇ ਇਹ ਚੱਕਵੇਂ ਗਾਣੇ ਨਹੀਂ ਸੀ ਗਾਉਣੇ ਚਾਹੀਦੇ ਤੇ ਜਿਸ ਤੋਂ ਬਾਅਦ ਹੁਣ ਅਫਸਾਨਾ ਖਾਨ ਨੇ ਮਾਫ਼ੀ ਮੰਗੀ ਹੈ। ਮਾਫ਼ੀ ਵਾਲੀ ਵੀਡੀਓ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਣਾ ਚਾਹੁੰਦੇ ਹਾਂ ਜਿਸ ਕਰਕੇ ਇਹ ਸਾਰਾ ਵਿਵਾਦ ਹੋਇਆ। ਜੱਟਾ ਸ਼ਰਿਆਂ ਤੂੰ ਤਾਂ ਧੱਕਾ ਕਰਦਾ ਹੈ ਵੇ, ਜੱਟਾ ਸ਼ਰਿਆਂ ਤੂੰ ਤਾਂ ਧੱਕਾ ਕਰਦਾ ਹੈ ਵੇ। ਇਸ ਵੀਡੀਓ ਕਰਕੇ ਅਫਸਾਨਾ ਖਾਨ ਤੇ ਕਾਫੀ ਦੋਸ਼ ਲੱਗ ਰਹੇ ਸਨ, ਪਰ ਉਸ ਤੋਂ ਬਾਅਦ ਅਫਸਾਨਾ ਖਾਨ ਨੇ ਇੰਸਟਾਗ੍ਰਾਮ ਤੇ ਵੀਡੀਓ ਪਾ ਕੇ ਇਹ ਸਭ ਕਾਰਗੁਜ਼ਾਰੀ ਦੀ ਮਾਫੀ ਮੰਗੀ। ਬੱਚਿਆਂ ਨੇ ਮੈਨੂੰ ਕਹਿਤਾ ਗਾਉਣ ਦੇ ਲਈ, ਸੋ ਮੈਂ ਉਹਨਾਂ ਦੀ ਜਿਹੜੀ ਜ਼ੁਬਾਨ ਚ ਇਹ ਵਰਡ ਨਿਕਲਿਆ ਕਿ ਗਾਣਾ ਤੁਸੀਂ ਗਾਓ, ਜਿਹੜਾ ਗਾਣਾ ਤੁਹਾਡਾ ਆਇਆ ਧੱਕਾ ਧੱਕਾ ਕਰਦੇ ਪਏ ਸੀ, ਮੈਂ ਗਾਤਾ। ਸੋ ਮੈਂ ਦੱਸਣਾ ਚਾਹੁੰਦੀ ਹਾਂ, ਮੇਰਾ ਜਿਹੜਾ ਕਰਮ ਹੈ ਜੀ, ਉਹੀ ਮੇਰਾ ਧਰਮ ਹੈ, ਗਾਉਣਾ ਮੇਰਾ ਕੰਮ ਹੈ, ਤੇ ਜੇ ਮੈਂ ਉਹਨਾਂ ਨੂੰ ਗਾਉਣ ਤੋਂ ਇਲਾਵਾ ਹੋਰ ਕੁਛ ਕਰਕੇ ਵੀ ਨਹੀਂ ਦਿਖਾ ਸਕਦੀ ਸੀ। ਸੋ ਮੈਂ ਆਪਣਾ ਸਟਰਗਲ ਦੱਸਿਆ ਕਿ ਉਸੇ ਸਕੂਲ ਦੇ ਵਿੱਚੋਂ ਮੇਰਾ ਸਟਾਰਟ ਹੋਇਆ ਤੇ ਮੇਰਾ ਲਾਈਫ ਦਾ ਉਹੀ ਮੰਚ ਆ ਜਿੱਥੋਂ ਮੈਂ ਸਿੱਖ ਕੇ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ। ਸੋ ਇਹੀ ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਤੇ ਅੱਗੇ ਵਧਣ ਲਈ ਇੱਕ ਮੈਸੇਜ ਵੀ ਦਿੱਤਾ ਸਟੱਡੀ ਦੇ ਨਾਲ ਨਾਲ। ਸੋ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀਗਾ। ਸੋ ਦੋਸਤੋ, ਅਫਸਾਨਾ ਖਾਨ ਨੇ ਇੱਥੇ ਕਿਹਾ ਕਿ ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮਕਸਦ ਨਹੀਂ ਸੀ, ਕਿਉਂਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਤੇ ਉਹਨਾਂ ਦੇ ਹੀ ਕਹਿਣ ਕਰਕੇ ਮੈਂ ਉਹਨਾਂ ਨੂੰ ਆਪਣੇ ਗੀਤ ਸੁਣਾਏ ਤੇ ਨਾਲ ਹੀ ਉਹਨਾਂ ਨੇ ਵੀ ਮੇਰੇ ਨਾਲ ਗਾਣੇ ਗਾਏ। ਦੋਸਤੋ, ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅਫਸਾਨਾ ਖਾਨ ਵੱਲੋਂ ਸਕੂਲ ਵਿੱਚ ਜਾ ਕੇ ਇਹ ਗਾਣੇ ਗਾਉਣੇ ਗਲਤ ਸਨ ਜਾਂ ਨਹੀਂ? ਸਾਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।